ਬਰਗਰ ਆਪਣੇ ਅੱਜ KFC ਦਾ ਜਿੰਗਸ ਟੈਕਰ ਧੋਣ ਲੱਗਾ ਮੈਂ ਖਾਣ। ਇੰਗਲੈਂਡ 'ਚ ਜਹਾਜ਼ ਬੋਰਡ ਦੇ ਹੈਲੋ ਗਾਇਜ਼, ਔਰ ਕੀ ਹਾਲ ਚਾਲ, ਆਏ ਹੋ ਕਿ ਸਾਰੇ ਵਧੀਆ ਹੋ ਗਏ। ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਜਿਹੜੀ ਕੱਬੜ ਮੰਗਾਈ ਕਿੰਦੇ ਨੇ ਲੱਗੀਆਂ ਕੰਮ 'ਤੇ ਲੱਗਣ। ਅੱਜ ਧੁੱਪ ਬਹੁਤ ਵਧੀਆ, ਮੌਸਮ ਬਹੁਤ ਵਧੀਆ ਜੀ ਹੋਇਆ, ਬਾਹਰ ਪੂਰੀ ਧੁੱਪ ਚੜੀ ਹੈ, ਬਦਲਣ ਨਹੀਂ ਆ। ਅਤੇ ਬਸ ਹੁਣ ਅਸੀਂ ਕਰ ਲੱਗੇ ਸੈਟਅਪ, ਥਾਂ ਥੋੜ੍ਹਾ ਵਾ ਕਿਉਂਕਿ ਮੈਂ ਖੁੱਲ੍ਹੇ ਖੁੱਲ੍ਹੇ ਥਾਂ 'ਚ ਹੋਇਆ ਬਾਹਰੋਂ, ਅਤੇ ਇੱਥੇ ਨਿੱਕੇ ਨਿੱਕੇ ਲੱਗ ਜਾਂਦਾ ਸਾਰਾ ਕੁਛ। ਪਰ ਚਲੋ ਕਰ ਲਏ ਇਹਨੂੰ ਸੈਟਅਪ, ਅਤੇ ਫਿਰ ਅਸੀਂ ਨਹਾ ਧੋ ਕੇ ਜਾਣਾ। ਅੱਜ ਬੋਕਸਿੰਗ ਡੇ ਆ, ਥੋੜ੍ਹੀ ਬਹੁਤ ਸ਼ੋਪਿੰਗ ਕਰਨ ਜਾਣਾ ਵਾ। ਮੈਂ ਜੈਕਟ ਜੂਟ ਲੈਣੀ ਆ, ਅਤੇ ਕਰਦੇ ਇਹਨੂੰ ਅਸੈਂਬਲ, ਫਿਰ ਚੱਲਾਂਗੇ ਉੱਧਰ ਨੂੰ। ਜਿਹੜੀ ਕੋਈ ਵੀ ਚੀਜ਼ ਸੈਂਬਲ ਨਹੀਂ ਕੀਤੀ, ਮੈਂ ਪਹਿਲੀ ਵਾਰੀ ਕਰਨ ਲੱਗਾ ਵਾਂ ਅੰਡਰ ਇੱਕ ਮਿੰਦਸ ਗਾਰਡਨਸ। ਇੱਕ ਮਿੰਦਰ ਦੱਸੋ ਕਿ ਮੈਨੂੰ ਵੀ ਕਿੱਦਾਂ ਕਿੱਦਾਂ ਕਰਨੀ, ਕਿਉਂਕਿ ਮੈਂ ਕਦੀ ਕੋਈ ਚੀਜ਼ ਸੈਂਬਲ ਨਹੀਂ ਕੀਤੀ। ਸੋ ਅਜੇ ਖੋਲਿਆ ਖਾ ਲਿਆ ਸਾਰਾ ਸਮਾਨ, ਬੜ ਬਾਹਰ ਸਿੱਟੇ ਆ ਜਿਹੜੇ ਬੋਰਡ ਜੇ, ਹੁਣ ਇੱਥੇ ਲੰਮੇ ਪਾ ਕੇ ਇਹਨੂੰ ਅਸੈਂਬਲ ਕਰਨਾ। ਮੈਨੇ ਦੱਸੋ ਕਿ ਕਿੰਦਰ ਕਿੱਦਾਂ ਕਿੱਦਾਂ ਕਰਨਾ, ਅਤੇ ਅਸੀਂ ਫੋਲੋ ਕਰਾਂਗੇ ਇੰਸਟਰਕਸ਼ਨਸ। ਸੋ ਸਾਡੀ ਕਬੜ ਦਾ ਇੱਕ ਹਿੱਸਾ ਹੋ ਗਿਆ ਤਿਆਰ, ਹੁਣ ਦੂਜਾ ਕਰਨਾ। ਆਹ ਪੁਰਾਣੀ ਹੈ ਉਹਨਾਂ ਦੀ ਕਬੜ, ਇਹਨੂੰ ਹੁਣ ਦਾਨ ਦੂਨ ਕਰਨਾ ਪੈਣਾ। ਕਬੜ ਹੋ ਗਈ ਰੈਡੀ, ਦਰਵਾਜ਼ੇ ਨਹੀਂ ਲੱਗੇ, ਅਤੇ ਇੱਕ ਕਰਤੀ ਆ, ਅਤੇ ਮੈਂ ਸੋ ਕਹਿ ਰਿਹਾ ਕਿ ਦੂਜੀ ਜਿਹੜੀ ਆ ਬਾਅਦ 'ਚ ਬਣਾਉਂਦੇ ਹਾਂ, ਕਿਉਂਕਿ ਉਹੜੀ ਆ ਉਹ 'ਚ ਸਮਾਨ ਬੜਾ, ਅਤੇ ਉਹ ਕੱਢ ਕੇ ਇੱਥੇ ਰੱਖਾਂਗੇ, ਅਤੇ ਫਿਰ ਉਹਨੂੰ ਡਿਸਮੈਂਟਲ ਵੀ ਕਰਨਾ ਪੈਣਾ। ਇੱਧਰ ਕਰਕੇ ਮੂਵ ਨੂੰ ਡਿਸਮੈਂਟਲ ਕਰਕੇ ਕੱਢਣਾ ਬਾਹਰ, ਫਿਰ ਦੂਜੀ ਸਟਾਰਟ ਕਰਾਂਗੇ, ਕਿਉਂਕਿ ਥਾਂ ਇੱਥੇ ਥੋੜ੍ਹਾ ਉਹ 'ਚ ਸਮਾਨ ਜਿਹੜਾ ਮੇਰਾ ਟੱਜ ਅਤੇ ਬੈਗਾਂ ਜੀ ਫਿਰ ਕੱਢ ਕੇ ਲਵਾਂਗੇ। ਸੋ ਹੁਣ ਅਸੀਂ ਜਾਣਾ ਵਾ ਬਾਹਰ ਵੀ ਜਾਣਾ ਵਾ ਸ਼ੋਪਿੰਗ ਕਰਨ, ਅਤੇ ਮੈਂ ਤਾਂ ਲੈਂਦਾ ਹੁਣ, ਮੈਂ ਹੁਣ ਰੈਡੀ ਇੱਕ ਇਹਨਾਂ ਨੇ ਕਰਕੇ ਇੱਥੇ ਕੱਪੜੇ, ਫਿਰ ਉਹਨੇ ਵੀ ਰੈਡੀ ਹੋਣਾ, ਅਤੇ ਫਿਰ ਅਸੀਂ ਚੱਲਾਂਗੇ ਘਰ ਤੋਂ। ਕੱਪੜ ਹੋ ਗਈ ਅਸੈਂਬਲ, ਪੂਰੇ ਗੇਟ ਵੀ ਲਾਤੇ ਜੀ। ਮੈਂ ਸੋਚਿਆ ਕਿ ਜਿਹੜੇ ਡੋਰ ਆ ਲਾਈ ਦਿੰਦੇ ਹਾਂ, ਅਤੇ ਫਿਰ ਆਣ ਕੇ ਉਹਨੂੰ ਕਰਦੇ ਡਿਸਮੈਂਟਲ, ਅਤੇ ਸਮਾਨ ਰੱਖਾਂਗੇ। ਹੁਣ ਅਸੀਂ ਮੈਂ ਤਾਂ ਰੈਡੀ, ਕੁਲਵਿੰਦਰ ਹੁੰਦੇ ਆ, ਜਦੋਂ ਰੈਡੀ ਫਿਰ ਅਸੀਂ ਤਾਂ ਨਿਕਲਣਾ ਵਾ, ਜਾਣਾ ਵਾ ਬਲੂ ਬਾਰਡਰ। ਪਹਿਲਾਂ ਅਸੀਂ ਜਾਣਾ ਐਸ਼ਵੁੱਡ, ਅਤੇ ਕੁਲਵਿੰਦਰ ਆਉਂਦਾ ਕਿ ਕੱਲ ਉਹਦੇ ਕੋਲ ਥੋੜ੍ਹਾ ਜਿਹਾ ਡਿਸਕਾਊਂਟ ਵਾ ਚੀਜ਼ਾਂ ਦੇ, ਅਤੇ ਉਹਨੇ ਆਉਣਾ, ਤਾਂ ਅਸੀਂ ਇਕੱਠੇ ਚੱਲਾਂਗੇ। ਸੋ ਅੱਜ ਉਹ ਮੈਨਚੈਸਟਰ ਗਿਆ ਹੈ, ਅਤੇ ਸ਼ਾਇਦ ਅੱਜ ਸ਼ਾਮ ਨੂੰ ਆ ਜਾਏ। ਹੁਣ ਅਸੀਂ ਜਾਣਾ ਬਲੂ ਬਾਰਡਰ, ਉੱਥੇ ਵੇਖ ਕੇ ਆਉਂਦੇ ਜੇ ਕੁਛ ਲੱਭਾ, ਅਤੇ ਜੈਕਟ ਜੁਕਟ ਲੈ ਆਊਂਗਾ ਥੋੜ੍ਹੀ, ਕਿਉਂਕਿ ਇੱਥੇ ਠੰਡ ਆ, ਅਜੇ ਤਾਂ ਇੰਨੀ ਠੰਡ ਹੈ ਨਹੀਂ, ਅੱਜ ਧੁੱਪ ਚੜੀ, ਮੈਨੂੰ ਵਧੀਆ ਲੱਗੀਆਂ ਉੱਥੇ ਜੈਕਟਾਂ ਕੋਈ ਮੋਟੀਆਂ ਤਾਂ ਲੈ ਆਉਣੀਆਂ। ਉਹ ਜੀ ਹੋ ਕੇ ਤਿਆਰ, ਨਿਕਲ ਪਿਆ ਘਰੋਂ, ਅਤੇ ਭੁੱਖ ਲੱਗੀ, ਘਰ ਸਵੇਰੇ ਖਾਧਾ ਸੀ ਅਤੇ ਹੁਣ ਭੁੱਖ ਲੱਗੀ। ਪਹਿਲਾਂ ਸੋਚਿਆ ਕਿ ਖਾ ਲਈਏ ਜਾਣ ਤੋਂ ਪਹਿਲਾਂ, ਅਤੇ ਮੰਮਾ ਆਏ ਨਹੀਂ, ਕਹਿੰਦੇ ਕਿ ਚਲੋ ਤੁਸੀਂ ਚੱਲ ਜਾਓ, ਕੱਲ੍ਹ ਚੱਲ ਜਾਣੇ ਗੱਡੀ ਨਾਲ। ਹੁਣ ਇਹ ਤੋਂ ਪਹਿਲਾਂ ਤਾਂ ਪਾਉਣਾ ਸੀ ਪੈਟਰੋ, ਅਤੇ ਫਿਰ ਇੱਥੇ ਲੱਗ ਗਈ KFC ਨਾਲ ਹੀ, ਉਹ ਸਾਹਮਣੇ KFC ਆ। ਫਿਰ ਉੱਥੋਂ ਅੱਜ ਮੈਂ ਥੋੜ੍ਹਾ ਐਕਸਾਈਟਡ, ਅੱਜ ਖਾਣਾ ਸੀ ਜ਼ਿੰਗ ਸਟੈਕਰ ਬਰਗਰ, ਜਿਹੜਾ ਮੇਰਾ ਫੇਵਰੇਟ, ਉਹ ਖਾਣਾ ਹੈ ਅੱਜ। ਆਲਮੋਸਟ ਸਾਲ ਬਾਅਦ ਖਾਣ ਲੱਗਾ ਮੈਂ ਉੱਥੇ ਇੰਡੀਆ, ਅਤੇ ਖਾਧਾ ਇਹ ਬਰਗਰ ਨੂੰ ਸਵਾਦ ਹੀ, ਪਰ ਇਹ ਮੇਰਾ ਥੋੜ੍ਹਾ ਫੇਵਰੇਟ ਆ, ਮੈਂ ਉਹ ਖਾਣਾ। ਲੱਗਣ ਤਾਂ ਡਿਆ ਇੰਨਾ ਬਿਜ਼ੀ, ਸੋ ਪਹਿਲਾਂ ਪਾਉਂਦੇ ਇੱਥੋਂ ਪੈਟਰੋਲ, ਫਿਰ ਜਾ ਕੇ ਲੈਂਦੇ KFC, ਖਾ ਪੀ ਕੇ ਅਤੇ ਫਿਰ ਚੱਲਾਂਗੇ ਅਸੀਂ ਸ਼ੋਪਿੰਗ ਕਰਨ। ਸੋ ਮੈਨੂੰ ਇੱਥੇ ਵਧੀਆ ਲੱਗਾ ਕਿ ਸਾਡੇ ਪੈਟਰੋਲ ਪੰਪ 'ਤੇ ਤੁਸੀਂ ਇੱਥੇ ਵੀ ਪੇ ਕਰ ਸਕਦੇ ਆ, ਸਾਹਮਣੇ LD ਵੀ ਆ। ਸੋ ਇਹ ਵੇਅਰ ਹਾਊਸ ਜਿਹੜੀ ਗੱਲ ਕਰਨੀ ਜੋਬ ਦੀ, ਸੋ ਅਸੀਂ ਅਪਲਾਈ ਕਰਨਾ ਵਾ, ਇਹ ਜਿਹੜਾ ਸਾਹਮਣੇ ਵੇਅਰ ਹਾਊਸ ਆ ਨਾ LD, ਇੱਥੇ ਅਪਲਾਈ ਕਰਨੀ ਜੋਬ ਦੀ, ਜੇ ਮਿਲ ਗਈ ਤਾਂ ਫਿਰ ਲੱਗ ਗਈ ਆ, ਜੇ ਨਹੀਂ ਤਾਂ ਫਿਰ KFC ਪੁੱਛ ਲਾਂਗੇ ਕਿ KFC ਵਾਲਿਆਂ ਨੇ ਮੈਨੂੰ ਰੱਖਣਾ ਵੀ, ਕਿਉਂਕਿ KFC ਜਿੱਦਾਂ ਜਿਹੜੀ ਜੋਬ ਕਰਦੇ ਆ ਉਹ ਬੜੇ ਛੋਟੇ ਹੁੰਦੇ ਆ, ਲਾਈਕ ਅੰਡਰ 20 ਹੁੰਦੇ ਆ, ਜੇ ਮੈਨੂੰ ਇਹਨਾਂ ਰੱਖਿਆ ਤਾਂ ਪੇ ਬਹੁਤ ਜ਼ਿਆਦਾ ਕਰਨਾ ਪੈਣਾ, ਅਤੇ ਇਹਨਾਂ ਨੇ ਇਸ ਕਰਕੇ ਮੈਨੂੰ ਰੱਖਣਾ ਨਹੀਂ। ਅਸੀਂ ਵੇਖਾਂਗੇ, ਮੈਂ ਜਿੱਦਾਂ ਰੈਸਟੋਰੈਂਟ 'ਚ ਕੰਮ ਕਰਦਾ ਸੀ ਆਸਟ੍ਰੇਲੀਆ, ਰੈਸਟੋਰੈਂਟ 'ਚ ਮੈਨੂੰ ਜੋਬ ਲੱਭਣੀ ਸੌਖੀ ਆ, ਪਰ ਮੈਂ ਵੇਖੂੰਗਾ, ਕਿਉਂਕਿ ਮੈਨੂੰ ਇੱਡੀ ਪਸੰਦ ਨਹੀਂ ਆ ਰੈਸਟੋਰੈਂਟ ਜੋਬ ਕਰਨੀ, ਕਿਉਂਕਿ ਉਹਦੇ ਜਿਹੜੇ ਆਵਰਸ ਹੁੰਦੇ ਆ ਵਰਕਿੰਗ ਆਵਰਸ ਉਹ ਬਹੁਤ ਜ਼ਿਆਦਾ ਹੁੰਦੇ ਆ। ਟਰਾਈ ਕਰਾਂਗੇ, ਜੇ ਨਾ ਲੱਭਾ ਫਿਰ ਰੈਸਟੋਰੈਂਟ ਦਾ ਤਾਂ ਹੈ ਹੀ ਆ, ਫਿਰ ਉੱਥੇ ਵੇਖ ਲਾਂਗੇ। ਅਤੇ ਇੱਥੋਂ ਲੰਡਨ ਹੈਗਾ, ਡੇਢ ਘੰਟਾ ਲੱਗਦਾ ਇੱਥੋਂ ਲੰਡਨ ਜਾਂਦੇ ਨਾ, ਸੋ ਪਹਿਨਿਆ, ਕਿਉਂਕਿ ਪੇ ਰੇਟ ਜਿਹੜਾ ਲੰਡਨ 'ਚ ਜ਼ਿਆਦਾ ਵਾ, ਇੱਥੇ ਜੇ ਤਾਂ ਵਧੀਆ ਮਿਲੂਗਾ ਤਾਂ ਵੇਖ ਲਾਂਗੇ, ਨਹੀਂ ਤਾਂ ਫਿਰ ਹੋਰ ਕੋਈ ਜੋਬ ਇਹਨੇ ਕੜੀ ਜਾਂਦੇ ਕੋਈ ਨਹੀਂ, ਅਜੇ ਟੈਂਸ਼ਨ ਲੈਣੀ, ਅਜੇ ਆ ਕੇ ਥੋੜ੍ਹੇ ਦਿਨ ਐਸ਼ ਲੈ ਲਈਏ ਜਿਹੜੀ ਕਰਨੀ ਹੈ। ਇੰਗਲੈਂਡ 'ਚ ਜਹਾਜ਼ ਬੋਰਡ ਦੇ, ਉੱਦਣ ਮੈਂ ਪਲੇਨ 'ਚ ਵੀ ਬੈਠਾ ਸੀ, 4-5 ਜਹਾਜ਼ ਇੱਦਾਂ ਹੀ ਲਾਗੇ ਲਾਗੇ ਉੱਡਦੇ ਫਿਰਦੇ। ਇੱਕ ਦਿਨ ਨੂੰ ਮਿਲਦਾ ਵਾ ਡਿਸਕਾਊਂਟ ਜਿੱਥੇ ਕੰਮ ਕਰਦੇ ਆ NHS ਤੋਂ, ਸੋ ਸਾਡੇ ਹੋਰ 2 ਪਾਊਂਡ ਵੱਧ ਗਏ। ਸੋ ਗੱਡੀ ਹੋ ਗਈ ਆ ਪਾਰਕ, KFC ਆ ਗਿਆ ਆਪਣੇ ਹੱਥ 'ਚ, ਹੁਣ ਦਿੰਦੇ ਹਾਂ KFC ਨੂੰ ਵੱਟ। ਆ ਗਿਆ ਜੀ ਆਪਣਾ ਬਰਗਰ, ਡਿਪ 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 ਡਿਪ
ਜੀ ਵੇਨੇ ਜ਼ਿੰਗਰ ਸਟੈਕ ਬਰਗਰ ਮੇਰੇ ਤੇ ਮੂੰਹ ਚੋਣੇ ਪਾਣੀ ਆਈ ਜਾਂਦੇ ਆ ਲਓ ਜੀ ਆ ਗਿਆ ਬਰਗਰ ਆਪਣੇ ਹੱਥ KFC ਦਾ ਜ਼ਿੰਗਰ ਸਟੈਕ ਆ ਕੇ ਤਾਂ ਹੁਣ ਮੈਂ ਵੀਡੀਓ ਬਾਅਦ 'ਚ ਹੀ ਬਣਾਊਂਗਾ ਕਿਉਂਕਿ ਹੁਣ ਮੇਰਾ ਬਾਅਦ 'ਚ ਫਿਰ ਬ੍ਰੇਕ ਨਹੀਂ ਵਿੱਚ ਲਈ ਜਾਈ ਬਾਅਦ 'ਚ ਖਾ ਕੇ ਤਾਂ ਬਾਅਦ 'ਚ ਹੀ ਵੀਡੀਓ ਬਣਾਉਂਦੇ ਹਾਂ ਲਓ ਜੀ ਬਰਗਰ ਹੀ ਲਿਆ ਖਾ ਬਹੁਤ ਮਜ਼ਾ ਬਹੁਤ ਸਵਾਦ ਹੀ ਮਜ਼ਾ ਆ ਗਿਆ ਪੂਰਾ ਤਾਂ ਹੁਣ ਇੱਥੇ ਥੋੜ੍ਹੀ ਗੱਡੀ ਕਰਕੇ ਗਰਮ ਕਿਉਂਕਿ ਇਹ ਸਾਰਾ ਸਮਾਂ ਜੰਮ ਗਿਆ ਅੱਗੇ ਪਾਪ ਜੀ ਕਰਕੇ ਗਰਮ ਇੱਥੇ ਨਿਕਲਦੇ ਹਾਂ ਚੱਲਦੇ ਹਾਂ ਬਲੂ ਵਾਟਰ ਪਹੁੰਚ ਗਏ ਬਲੂ ਵਾਟਰ ਪਾਰਕਿੰਗ ਲੱਭ ਗਈ ਪਾਰਕਿੰਗ ਇੱਥੇ ਜ਼ਿਆਦਾਤਰ ਓਪਨ ਹੀ ਆ ਥੱਲੇ ਹੈਗੀ ਹੈ ਕਿਉਂ ਦਿਨਾਂ ਦੀ ਕਿ ਮੈਂ ਇੱਥੇ ਮੈਨੂੰ ਮਿਲ ਜਾਂਦੀ ਸੌਖੀ ਪਾਰਕਿੰਗ ਸੋ ਹੁਣ ਚੱਲਦੇ ਹਾਂ ਅੰਦਰ ਵੇਹਦੇ ਹਾਂ ਥੋੜ੍ਹਾ ਬਹੁਤਾ ਸ਼ੋਪਿੰਗ ਕੀ ਸਮਾਨ ਸਮੂਨ ਵੇਹਦੇ ਹੈਗਾ ਕਿ ਨਹੀਂ ਕਿਉਂਕਿ ਅੱਜ ਹੈਗਾ ਬੋਕਸਿੰਗ ਡੇ ਅਤੇ ਬੋਕਸਿੰਗ ਡੇ 'ਤੇ ਛੇਤੀ ਮੌਕੇ ਦਾ ਸਮਾਨ ਯੂਜਲੀ ਪਰ ਵੇਹਦੇ ਹਾਂ ਜੇ ਕੋਈ ਲੱਭ ਗਿਆ ਤਾਂ ਲੈ ਲਾਂਗੇ ਨਹੀਂ ਤਾਂ ਕੱਲ੍ਹ ਫਿਰ ਜਾਣਾ ਬਲੂ ਵਾਟਰ ਵਾਲਿਆਂ ਦਾ ਵੈਲਕਮ ਕਰਨ ਦੇ ਸੋ ਆਹ ਸਾਹਮਣੇ ਹੈਗੀ ਐਂਟਰੈਂਸ ਬਲੂ ਵਾਟਰ ਦੀ ਆਹ ਐਂਟਰੈਂਸ ਇਹ ਮੇਨ ਆ ਕਿ ਦੂਜੀ ਹੋਰ ਗਈ ਮੇਨ ਨਹੀਂ ਹੈ ਰਸ਼ ਬਹੁਤ ਜ਼ਿਆਦਾ ਅੱਜ ਬਲੂ ਵਾਟਰ ਭਰਿਆ ਹੀ ਪਿਆ ਸਾਮਣ ਸੋ ਅਸੀਂ ਆ ਗਏ ਜ਼ਾਰਾ ਦੇ ਪਹਿਲਾਂ ਅੰਦਰ ਵੇਖਦੇ ਜੈਕਟ ਮੈਨੂੰ ਲੰਮੀ ਲੱਗਣੀ ਬਾਕੀ ਬਹੁਤ ਜ਼ਿਆਦਾ ਰਸ਼ ਅੱਜ ਜ਼ਾਰਾ 'ਚ ਹੀ ਸਾਰੇ ਜਣੇ ਬੋਕਸਿੰਗ ਡੇ ਉਹਦਾ ਕਰਕੇ ਆਏ ਆ ਕ੍ਰਿਸਮਸ ਦੀ ਜਿਹੜੀ ਉਹ ਡੈਕੋਰੇਸ਼ਨ ਵੀ ਗਈ ਆ ਬਹੁਤ ਸਜਾਇਆ ਅੱਜ ਹੁਣ ਕਿਤੇ ਜਾਣਾ ਮੈਂਗੋ 'ਤੇ ਚੱਲੇ ਅਸੀਂ ਮੈਂਗੋ ਮੈਂਗੋ ਖਾਣ ਜਾਣਾ ਉਹ ਸਾਹਮਣੇ ਸ਼ੋਪ ਆ ਮੈਂਗੋ ਤੁਸੀਂ ਆ ਗਿਆ ਮੈਂਗੋ ਇਹ ਸਿਰਫ ਕੁੜੀਆਂ ਦਾ ਹੀ ਆ ਸੈਕਸ਼ਨ ਸੁਖਵਿੰਦਰ ਆਪਣੇ ਲੈ ਲੈਣਾ ਹੈ ਸੁਖਵਿੰਦਰ ਨੂੰ ਮੈਂਗੋ ਤਾਂ ਕੋਈ ਪਸੰਦ ਆ ਨਹੀਂ ਹੁਣ ਅਸੀਂ ਚੱਲੇ ਹਾਂ ਥੱਲੇ ਇੱਧਰ ਸਾਹਮਣੇ ਚੱਲੇ ਇੱਧਰ ਬਹੁਤ ਜ਼ਿਆਦਾ ਭੀੜ ਆ ਜਾ ਕੇ ਲੈਂਦੇ ਹਾਂ ਇੱਧਰ ਬਹੁਤ ਜ਼ਿਆਦਾ ਭੀੜ ਹੋ 245 ਪਾਉਂਡਸ ਬਾਕੀ ਇਹਨਾਂ ਦੀ ਮੇਰੀਆਂ ਚਾਰ ਆਣੀਆਂ ਇਹਨਾਂ ਦੀ ਮੇਰੀਆਂ ਚਾਰ ਜੈਕਟ ਆਣੀਆਂ ਅਸੀਂ ਵਾਹਵਾ ਸ਼ੋਪਾਂ ਘੁੰਮ ਲਈਆਂ ਵਾ ਪਰ ਅੱਜ ਤੱਕ ਕੋਈ ਪਸੰਦ ਨਹੀਂ ਆ ਸੋ ਹੁਣ ਇੱਕ ਕਹਿੰਦੇ ਕਿ ਬੜੀ ਵਾਹਵਾ ਵਧੀਆ ਸ਼ੋਪ ਜਿੱਥੇ ਮੋਟੇ ਕੱਪੜੇ ਮਿਲਦੇ ਆ ਅਤੇ ਹੁਣ ਉੱਥੇ ਚੱਲੇ ਸੋ ਫਾਈਨਲੀ ਅਸੀਂ ਦੋ ਜੈਕਟਾਂ ਲੈ ਲਈਆਂ ਸੁਪਰ ਡਰਾਈ ਤੋਂ ਸਾਨੂੰ ਕੋ ਪਹਿਲਾਂ ਮਿਲ ਨਹੀਂ ਡਿਆ ਪਰ ਅੰਦਰ ਲਾਊਡ ਬੜਾ ਸੀ ਮੈਂ ਜਦੋਂ ਟਰਾਈ ਕਰਨਾ ਹੈ ਤਾਂ ਦੋ ਵੀਡੀਓ ਨਹੀਂ ਪੈਣੀ ਸਹੀ ਆ ਗਿਆ ਲੈਗੋ ਵਾਟ ਇਜ਼ ਲੈਗੋ ਲੈਗੋ ਲੈ ਸੋ ਸਾਰੇ ਲੈਗੋ ਜੋ ਕਹਿਣ ਡੇ ਇੱਥੇ ਪਿਆ ਵਾ ਲਾਈਕ ਇਕੱਲੀ ਇਕੱਲੀ ਚੀਜ਼ ਦੀ ਸਿਲੈਕਟ ਕਰਕੇ ਉਹਨੂੰ ਬਣਾ ਸਕਦੇ ਹਾਂ ਇੱਦਾਂ ਦੀਆਂ ਚੀਜ਼ਾਂ ਆੜੀ ਚੀਜ਼ਾਂ ਬਣਾ ਸਕਦੇ ਹਾਂ ਸੋ ਮੈਨੂੰ ਇੱਡਾ ਪਤਾ ਨਹੀਂ ਇੱਕ ਅੰਦਰ ਨੇ ਦੱਸਿਆ ਲੱਤਾਂ ਦੋ ਉਹਨੂੰ ਆ ਕੀ ਦਿੱਤਾ ਜੇ ਬਬਲ ਟੀ ਲੈਣੀ ਪਰ ਥੋੜਾ ਪਿੱਲੋ ਵੇਖਣਾ ਉੱਥੋਂ ਪੈਡੀ ਹੁੰਦਾ ਨੈਕਲੀ ਵਧੀਆ ਹੁੰਦਾ ਤੁਹਾਡੀ ਵੀ ਨੈਕ ਤੋਂ ਮੰਮਾ ਲੈਣਾ ਅੱਛਾ ਕੁਇੰਦਰ ਦੀ ਵੀ ਤਾਂ ਵਧੀਆ ਅਤੇ ਮੇਰੀ ਵੀ ਮੈਂ ਲਿਆਉਂਦਾ ਇੱਕ ਦਿਨ ਬੜਾ ਵਧੀਆ ਅਤੇ ਬੱਬਲ ਟੀ ਲੈਣੀ ਉੱਥੇ ਕਿਊ ਬੜੀ ਤਗੜੀ ਆ ਸੋ ਹੁਣ ਪਤਾ ਨਹੀਂ ਕੁਇੰਦਰ ਲੈ ਲਿਆ ਕਿ ਨਹੀਂ ਲੈਣੀ ਲੈਣੀ ਇੱਕਿੰਦਰ ਜੀ ਮੈਂ ਵੇਟ ਕਰੂੰਗੀ ਸੋ ਆਰਾਮ ਅਸੀਂ ਆਰਾਮ ਹੀ ਕਰ ਰਹੇ ਥੋੜ੍ਹੇ ਮੈਂ ਆਰਾਮ ਕਰ ਲਈਏ ਕਿਉਂਕਿ ਥਾਕਿਆ ਤਾਂ ਗਿਆ ਨਹੀਂ ਸ਼ੋਪਿੰਗ ਕਰ ਗਿਆ ਕਿਉਂਕਿ ਜੇ ਦੋ ਚੀਜ਼ਾਂ ਪਰ ਬਹੁਤ ਕਹਾਂਗਾ ਸੋ ਅਸੀਂ ਥੋੜ੍ਹਾ ਰੈਸਟ ਵੀ ਕਰ ਲਈਏ ਹੁਣ ਚਿੱਲੀ ਬੱਬਲ ਟੀ ਆ ਲਓ ਉੱਥੇ ਸਾਨੂੰ ਕਿਊ 'ਚ ਲੱਗਣਾ ਪੈਣਾ ਕਿਊ ਬੜੀ ਤਗੜੀ ਹੈ ਇੱਕਵਿੰਦਰ ਕਨਫਿਊਜ਼ ਹੋ ਗਿਆ ਕਿ ਪੀਏ ਕਿ ਰਹਿੰਦੀ ਕਿੱਦਾਂ ਕਰਨਾ ਸਭ ਤੋਂ ਇੱਕਵਿੰਦਰ ਦਾ ਥੋੜ੍ਹਾ ਮੂਡ ਬਦਲਦਾ ਜਾਂਦਾ ਅੰਦਰ ਰਹਿੰਦੀ ਕਿਉਂਕਿ ਕਿਊ ਵੇਖੋ ਇੱਥੇ ਲੈ ਗਿਆ ਉਹ ਸਾਹਮਣੇ ਬੱਬਲ ਟੀ ਤਗੜੀ ਹੈ ਇੱਧਰ ਸਾਹਮਣੇ ਚੱਲਣ ਦਿਆ ਮੇਲਾ ਇੰਗਲੈਂਡ ਵਾਲੇ ਦਾ ਤੀ ਉਹਨਾਂ ਨੇ ਇੱਥੇ ਬਲੂ ਵਾਟਰ ਮੇਲਾ ਚੱਲਣ ਦਿਆ ਅਸੀਂ ਕਿਸੇ ਦਿਨ ਆਉਂਦੇ ਇੱਥੇ ਵੀ ਉੱਡਾ ਉੱਡ ਲੈ ਕੇ ਜਾਵਾਂਗੇ ਸਾਹਮਣੇ ਵੀਲ 'ਤੇ ਅੰਦਰ ਤਾਂ ਬੜਾ ਮਹਿੰਗੀ ਸੀ ਅਤੇ ਇੱਥੇ ਬਾਹਰ ਪੂਰਾ ਫ੍ਰੀਜ਼ਿੰਗ ਆ
ਮੈਨੂੰ ਬਹੁਤ ਠੰਡ ਲੱਗਦੀ ਆ ਹੁਣ ਮੇਰਾ ਲੱਗਦਾ ਕਿ ਚੱਲੀ ਤੁਹਾਡੇ ਨਾਲ ਕਰਨਾ ਇੱਕ ਬੰਦਾ ਉਹਦੇ ਬਾਹਰ ਹੀ ਕਰਦੇ ਆ ਨੈਂਡੋਜ਼ ਜਾਣਾ ਉੱਥੇ ਸਿਟਿੰਗ ਕੋਲ ਨਾ ਉਹ ਲੱਗੇ ਹੀ ਜਿੱਥੇ ਹੀ ਰਹਿੰਦੇ ਆ ਸੋ ਹੁਣ ਇੱਥੋਂ ਨਿਕਲ ਲੱਗੇ ਅਸੀਂ ਖਾਣ ਗਏ ਨੈਂਡੋਜ਼ ਪਰ ਉਹ ਬੰਦ ਹੋ ਗਿਆ ਕਿਉਂਕਿ ਟਾਈਮ ਹੋ ਗਿਆ ਬੰਦ ਹੋਣ ਦਾ ਫਿਰ ਅਸੀਂ ਆਏ ਸਿਜ਼ਲ ਇੱਥੋਂ ਦੋ ਕਬਾਬ ਆਰਡਰ ਕੀਤੇ ਆ ਖਾਣਾ ਆ ਗਿਆ ਸਾਡੇ ਹੱਥ 'ਚ ਅਤੇ ਸਾਨੂੰ ਜਗ੍ਹਾ ਵੀ ਮਿਲ ਗਈ ਆ ਰਹਿ ਲਓ ਇੱਥੇ ਥੋੜ੍ਹਾ ਕੁਆਇਟ ਆ ਜਿਹੜਾ ਪਰਲੇ ਬੰਨੇ ਉਹ ਬਹੁਤ ਜ਼ਿਆਦਾ ਬਿਜ਼ੀ ਸੀ ਖਾਣਾ ਪੀਣਾ ਸਾਡਾ ਹੋ ਗਿਆ ਅਤੇ ਹੁਣ ਅਸੀਂ ਵਾਪਸ ਚੱਲੇ ਹਾਂ कपड़े भी कॉन्वर्स ठंड लगती डिस्काउंट लगे एल्डो यूके ब्रांड है सो बहुत ज्यादा महंगी नहीं है कहते जे ना वजी लगनी तो वापस कर जो मैं शायद उतो जाके पा के घूम फिर करके वापस कर दी मैं वेखने नाइकी के शूज भी लगे ऑनलाइन कलर वेखने शायद मैं ऑर्डर करा डे कल फिर जाना ही एशवन उखो को पसंद आया तो उत्थे लिया हूँ रोटी पानी ही खा लिया कुछ नहीं करना बस कड़ी रेस्ट करते हैं जी कवर्ड हम सवेरे ही करेंगे जो भी करने के काफ़ी लेट हो गया तो इसने करना ही अज्ज के व्लॉग में एंड आई होप कि तुम्हें मेरी वीडियो वधिया लगी होगी जो वधिया लगी लाइक कमेंट तो शेयर कर दियो जो बहुत ज़्यादा वधिया लगी तो सबसक्राइब कर दियो थैंक यू सो मच फॉर वॉचिंग मिलते तुम्हें अगले व्लॉग्स तद तक लिए बाय बाय